ਟੋਲ ਪਲਾਜ਼ੇ ਤੇ ਬੱਸ ਦੇ ਡਰਾਈਵਰ ਦੀ ਕੁੱਟਮਾਰ ਕੀਤੀ ਗਈ। ਟੋਲ ਦੇ ਕਰਮੀਆਂ ਦੇ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। 10 ਜਣਿਆਂ ਨੇ ਡਰਾਈਵਰ ਨੂੰ ਫੜਿਆ ਤੇ ਉਸ ਦੇ ਸਿਰ ਦੇ ਵਿੱਚ ਕੜੇ ਮਾਰੇ ਨੇ, ਸਿਰ ਦੇ ਵਿੱਚੋਂ ਖੂਨ ਵੀ ਕੱਢ ਦਿੱਤਾ। ਟੋਲ ਕਰਮੀਆਂ ਦੀ ਗੁੰਡਾਗਰਦੀ ਕੈਮਰੇ ਦੇ ਵਿੱਚ ਕੈਦ ਹੋਈ ਹੈ। ਬੱਸ ਲੰਘਾਉਣ ਨੂੰ ਲੈ ਕੇ ਇਹ ਕੰਮ ਵੱਧ ਗਿਆ। ਜੰਡਿਆਲਾ ਗੁਰੂ ਟੋਲ ਪਲਾਜ਼ੇ ਤੇ PRTC ਦੇ ਬੱਸ ਡਰਾਈਵਰ ਦੇ ਨਾਲ ਟੋਲ ਪਲਾਜ਼ੇ ਦੇ ਮੁਲਾਜ਼ਮਾਂ ਦੇ ਵੱਲੋਂ ਕੁੱਟਮਾਰ ਕੀਤੀ ਗਈ। ਜੰਮ ਕੇ ਹੰਗਾਮਾ ਹੋਇਆ। ਸਵਾਰੀਆਂ ਨੇ ਮਸਾਂ ਡਰਾਈਵਰ ਦਾ ਬਚਾਅ ਕੀਤਾ। ਲੜਾਈ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ। ਅੰਮ੍ਰਿਤਸਰ ਤੋਂ ਦਿੱਲੀ ਜਾਣ ਵਾਲਾ ਹਾਈਵੇ ਰੋਸ ਵਜੋਂ ਬੰਦ ਕੀਤਾ ਗਿਆ। ਟੋਲ ਪਲਾਜ਼ੇ ਤੇ PRTC ਦੇ ਬੱਸ ਡਰਾਈਵਰ ਦੀ ਬੁਰੇ ਤਰੀਕੇ ਨਾਲ ਕੁੱਟਮਾਰ ਕੀਤੀ ਗਈ। ਟੋਲ ਪਲਾਜ਼ੇ ਦੇ 10 ਮੁਲਾਜ਼ਮਾਂ ਦੇ ਵੱਲੋਂ ਇਸ ਡਰਾਈਵਰ ਨੂੰ ਫੜਿਆ ਤੇ ਸਿਰ ਤੇ ਕੜੀਆਂ ਦੇ ਨਾਲ ਵਾਰ ਕੀਤੇ ਨੇ, ਖੂਨ ਵੀ ਕੱਢ ਦਿੱਤਾ। ਇਨਸਾਫ਼ ਦੀ ਮੰਗ ਇਸ ਡਰਾਈਵਰ ਦੇ ਵੱਲੋਂ ਕੀਤੀ ਗਈ ਹੈ। ਦੂਜੇ ਪਾਸੇ ਉੱਧਰ ਸਵਾਰੀਆਂ ਦੇ ਵੱਲੋਂ ਵੀ ਬੱਸ ਦੇ ਡਰਾਈਵਰ ਦਾ ਬਚਾਅ ਕੀਤਾ ਗਿਆ, ਉਸਦੇ ਹੱਕ ਦੇ ਵਿੱਚ ਨਿੱਤਰਦੇ ਹੋਏ ਨਜ਼ਰ ਆਏ ਨੇ। ਗਰਲਾ ਲਿਆ, ਠੀਕ ਹੈ ਜੀ। ਕੀ ਗੱਲ ਹੋਈ ਹੈ ਜੀ ਅੱਜ ਟੋਲ ਪਲਾਜ਼ਾ ਦੇ ਉੱਤੇ? ਗੱਲ ਇਹ ਹੋਈ ਹੈ ਭਾਜੀ, ਵੇਖੋ ਜੀ, ਮੈਂ ਇੱਕ ਪੱਕਾ ਬੰਦਾ, ਪਰਮਾਨੈਂਟ ਜੋਬ ਹੈ ਮੇਰੀ, ਠੀਕ ਹੈ ਜੀ। ਲੜਾਈ ਤਾਂ ਮੈਂ ਵੈਸੇ ਨਹੀਂ ਕਰਦਾ, ਠੀਕ ਹੈ, ਕਿਉਂਕਿ ਤੁਹਾਨੂੰ ਪਤਾ ਪੱਕੇ ਬੰਦੇ ਲਈ ਨੁਕਸਾਨ ਕਿੰਨਾ ਲੜਾਈ ਦਾ, ਠੀਕ ਹੈ ਜੀ। ਮੈਂ ਕੀ ਕੀਤਾ, ਮੈਂ ਆ ਰਿਹਾ ਅੰਬਰਸਰੋਂ ਚੱਲ ਕੇ, ਆਪਣਾ 12:40 ਦਾ ਮੇਰਾ ਟਾਈਮ ਸੀਗਾ, ਠੀਕ ਹੈ ਜੀ। ਉਸ ਤੋਂ ਬਾਅਦ ਕੀ ਆ, 2 ਵਜੇ ਮੇਰਾ ਕਪੂਰ ਸੁਭਾਨਪੁਰ ਤੋਂ ਟਾਈਮ ਸੀ, ਠੀਕ ਆ। ਆ ਕੇ ਆਉਂਦਿਆਂ ਜਦੋਂ ਮੈਂ ਇੱਥੇ ਪੂਰਾ ਫੁੱਲ ਜਾਮ ਸੀਗਾ, ਠੀਕ ਹੈ ਜੀ, ਪੂਰਾ ਬਿਲਕੁਲ ਫੁੱਲ ਜਾਮ ਸੀ। ਮੈਂ ਇੱਕ ਰਿਕੁਐਸਟ ਦੇ ਤੌਰ 'ਤੇ ਇੱਧਰ ਗੱਡੀ ਲਾਈ ਆ, ਮੈਂ ਸਵਾਰੀਆਂ ਨੂੰ ਪੁੱਛੋ ਬਕਾਇਦਾ, ਮੈਂ ਸਿਰਫ ਇੱਕ ਰਿਕੁਐਸਟ ਕੀਤੀ, ਮੈਂ ਕਿਹਾ ਵੀਰ ਜੀ ਮੇਰਾ ਟਾਈਮ ਲੰਘ ਜਾਣਾ, ਮੈਨੂੰ ਇੱਧਰ ਦੀ ਜਾ ਲੈਣ ਦਿਓ, ਅਗਰ ਪਰਚੀ ਦੀ ਗੱਲ ਹੈ ਤੁਸੀਂ ਉੱਧਰ ਮਸ਼ੀਨ ਲਾ ਦਿਓ, ਬਸ ਮਸ਼ੀਨ ਲਾ ਕੇ ਮੈਂ ਨਿਕਲ ਜਾਣਾ। ਮੈਂ ਕੋਈ ਦਾਦਾਗਿਰੀ ਤਾਂ ਨਹੀਂ ਕੀਤੀ ਕਿ ਮੈਂ ਧੱਕੇ ਨਾਲ ਨਿਕਲਣਾ ਜਾਂ ਜੋ ਕਰਨਾ ਕਰਨਾ ਹੀ, ਠੀਕ ਆ। ਮੈਂ ਇਹਨਾਂ ਨੂੰ ਇੱਕ ਰਿਕੁਐਸਟ ਕੀਤੀ, ਇਹਨਾਂ ਕਿਹਾ ਇੱਧਰ ਦੀ ਨਹੀਂ ਜਾਂਦਣਾ ਜੀ, ਅਸੀਂ ਨਹੀਂ ਜਾਂਦਣਾ। ਮੈਂ ਫਿਰ ਇੰਨੀ ਗੱਲ ਕਹੀ ਆ, ਮੈਂ ਕਿਹਾ ਜਦੋਂ ਫਿਰ ਉਹ ਲੈਣ ਸਾਡੀ ਦਿੱਤੀ, ਫਿਰ ਤੁਸੀਂ ਉੱਧਰ ਦੀ ਜਾਂ ਦਿਓ ਸਾਨੂੰ। ਅੱਛਾ, ਉਹ ਚੀਜ਼ ਦੇ ਆਉਂਦੇ ਕਿ ਇਹ ਰੋਡ ਆ, ਇਹ ਅਸੀਂ ਇੱਦਾਂ ਲੈਣਾ ਨਹੀਂ ਬਣਾ ਸਕਦੇ, ਹੁਣ ਜਦੋਂ ਜ਼ਿਆਦਾ ਟ੍ਰੈਫਿਕ ਹੋਏ ਤਾਂ ਫਿਰ ਅਸੀਂ ਕਰੀਏ। ਇਹਨਾਂ ਨੂੰ ਇਹੋ ਗੱਲ ਮੈਂ ਕਿ ਜਦੋਂ ਟ੍ਰੈਫਿਕ ਹੁੰਦੀ ਅਸੀਂ ਵੀ ਤੁਹਾਨੂੰ ਫਿਰ ਹੀ ਰਿਕੁਐਸਟ ਕਰਦੇ ਹਾਂ, ਅਸੀਂ ਤੁਹਾਨੂੰ ਉੱਦਾਂ ਤਾਂ ਨਹੀਂ ਕਰਦੇ, ਤੁਸੀਂ ਕਿਉਂ ਨਹੀਂ ਸਾਡੇ ਨਾਲ ਕੰਪਰੋਮਾਈਜ਼ ਕਰਦੇ, ਦੱਸੋ ਮੈਨੂੰ ਹੈਂ। ਉਸ ਤੋਂ ਬਾਅਦ ਇਹਨਾਂ ਨੇ ਕੀਤਾ, ਇਹਨਾਂ ਨੇ ਉਹ ਮੁੰਡਾ ਜਿਹੜਾ ਆਇਆ ਦੂਜਾ, ਠੀਕ ਆ, ਉਹ ਮੈਨੂੰ ਆ ਕੇ ਨਾ ਧੱਕਮ ਧੱਕਾ ਕਰ ਲਾ ਪਿਆ ਜਦੋਂ ਮੈਂ ਬੈਰੀ ਲੱਗੇ ਲਾਇਆ, ਧੱਕਮ ਧੱਕ ਕੀਤਾ। ਹੁਣ ਵੇਖੋ ਭਾਅ ਜੀ, ਇਹਨਾਂ ਇੱਕ ਪੱਗ ਦਾ ਇਸ਼ੂ ਬਣਾ ਲਿਆ। ਹੁਣ ਜਿਹੜਾ ਬੰਦਾ ਮੇਰੇ 'ਤੇ ਉੱਤੇ ਆ ਕੇ ਚੜੂਗਾ, ਭਾਵੇਂ ਉਹ ਪੱਗ ਬੰਨੀ ਭਾਵੇਂ ਮੋਨਾ ਹੈ, ਠੀਕ ਆ, ਮੇਰੇ ਉੱਤੇ ਆ ਕੇ ਚੜੂ, ਮੈਂ ਤਾਂ ਕੋਈ ਚੂੜੀਆਂ ਨਹੀਂ ਪਾਈਆਂ ਭਾਅ ਜੀ, ਉਹ ਧੱਕਮ ਧੱਕੀ ਨਾ ਮਾੜਾ ਮੋਟਾ ਲੱਥਣੀ ਲੱਥਣੀ ਆ। ਜਦੋਂ ਲੱਥੀ ਪੱਗ, ਇਹਨਾਂ ਨੇ ਇਸ਼ੂ ਬਣਾ ਲਿਆ ਉਸ ਚੀਜ਼ ਦਾ। ਇਹ ਆ ਕੇ ਨਾ ਭਾਅ ਜੀ, ਮੈਂ ਕੋਈ ਇਹੋ ਜਿਹੀ ਗਲਤੀ ਨਹੀਂ, ਕੋਈ ਗੱਲ ਆ, ਸਵਾਰੀਆਂ ਗਵਾਇਆ, ਸਵਾਰੀਆਂ ਨੂੰ ਪੁੱਛੋ ਮੈਨੂੰ ਕੀ ਲੋੜ ਵੀ ਪੱਗ ਲਾਉਣ ਦੀ। ਮੈਂ ਤਾਂ ਤੁਹਾਨੂੰ ਅੱਗੇ ਕਹਿੰਦਾ ਕਿ ਮੈਂ ਇੱਕ ਪੱਕੀ ਨੌਕਰੀ ਮੇਰੀ, ਮੈਂ ਤਾਂ ਵੈਸੇ ਲੜਾਈ ਤੋਂ ਡਰਦਾ, ਠੀਕ ਹੈ ਜੀ। ਉਸ ਤੋਂ ਬਾਅਦ ਇਹਨਾਂ ਨੇ ਕੀਤਾ, ਇਹਨਾਂ ਉਧਰੋਂ 10-12 ਮੁੰਡੇ ਸੱਦੇ ਆ, 10-12 ਮੁੰਡੇ ਸੱਦ ਕੇ, ਉਹਦਾ ਮੁੰਡਾ ਜਵਾਨ ਜਾਣਾ, ਉਹ ਮੈਨੂੰ ਆਉਂਦੇ ਗਾਲਾਂ ਕੱਢਣ ਲੱਗ ਗਿਆ। ਗਾਲਾਂ ਕੱਢ ਕੇ ਉਹਨਾਂ ਨੇ ਕੀਤਾ, ਇੱਥੇ 10-12 ਜਣੇ, 10-12 ਜਣਾ ਆ ਗਏ ਮੇਰੇ ਗਲ ਪੈ ਗਏ, ਮੇਰੇ ਗਲ ਪੈ ਗਏ 10-12 ਜਣੇ ਮੇਰੇ ਸਿਰ 'ਚ ਗਲੇ ਪਏ। ਜੇ ਮੇਰੀ ਸਵਾਰੀ ਨਾ ਮੈਨੂੰ ਛੁਡਾਉਂਦੀ, ਭਾਅ ਜੀ ਮੈਨੂੰ ਉੱਥੇ ਮਾਰ ਦੇਣਾ। ਤੁਹਾਡੇ ਸਿਰ ਦੇ ਵਿੱਚ ਕੀ ਵੱਜਿਆ? ਮੇਰੇ ਕੜੇ ਮਾਰੇ ਰੋਡ ਮਾਰੀ, ਉਹ ਰੋਡ ਡੰਡਾ ਜਿਹੜਾ ਦੂਜਾ ਕਈ ਦਾ ਦੱਸਦਾ ਕਿ ਪਤਾ ਨਹੀਂ ਕੀ ਉਹ ਮਾਰੇ ਆ। ਇਹ 7 ਤੋਂ 8 ਬੰਦੇ ਹਿਸਾਬ ਲੈ ਲਓ, ਇੰਨੀ ਕੁ ਜ਼ਰੂਰਤ ਰੱਖਦੇ ਆ ਬੰਦੇ ਜਿਹੜੇ ਦਾਦਾਗਿਰੀ ਕਰਦੇ ਨਾ। ਇੱਕ ਬੰਦੇ ਦੇ ਸਿਰ ਇਕੱਲੇ ਪੈਂਦੇ, 10 ਬੰਦੇ ਪੈਂਦੇ ਆ, ਇਹ ਬੰਦੇ ਇਹਦੇ ਸਾਲੇ ਹਿਜੜਿਆਂ ਨੂੰ ਮਾੜੇ ਆ, ਇਹ ਚੀਜ਼ ਆ। ਹਾਂ ਮੈਂ ਭਾਅ ਜੀ, ਮੈਂ ਮੰਗ ਇਹ ਕਰਦਾ ਵੀ ਫੁੱਲ ਬੜਾ ਫੁੱਲ ਪਰਚਾ ਉਹਦੇ 'ਤੇ ਹੋਣਾ ਚਾਹੀਦਾ। ਜੋ ਉਹਨੇ ਸਰਕਾਰੀ ਕੰਮ 'ਚ ਵਿਘਨ ਪਾਇਆ ਉੱਥੇ ਜੋ ਬਣਦੀ ਕਾਰਵਾਈ ਉਹਦੇ 'ਤੇ ਹੋਣੀ ਚਾਹੀਦੀ ਆ ਆਪਾਂ ਨੂੰ। ਨਹੀਂ ਤਾਂ ਅਸੀਂ ਰੋਡ ਨਹੀਂ ਖੋਲ੍ਹਣਾ, ਸਿੱਧੀ ਗੱਲ। ਭਾਅ ਜੀ ਆਹ ਪੁਲਿਸ ਆਈ ਹੈ, ਪੁਲਿਸ ਦੇ ਕੋਲ ਕੀਤੀ ਮੈਂ, ਹੁਣ ਆਏ ਪੁਲਿਸ ਵਾਲੇ, ਹੁਣ ਆ ਕੇ ਦੇਖੋ ਕੀ ਕਰਦੇ ਆ। ਭਾਅ ਜੀ ਮੇਰਾ ਨਾਮ ਹਰਸਿਮਰਨ ਸਿੰਘ ਆ, ਠੀਕ ਹੈ ਜੀ। ਮੈਂ ਡੇਲੀ ਆਪਣਾ ਕਪੂਰਥਲੇ ਜਾਂਦਾ, ਇਸੇ ਬੱਸ 'ਤੇ ਜਾਂਦਾ ਜੀ।
ਮੇਰਾ ਇਸ ਬੱਸ ਕੰਡਕਟਰ ਨਾਲ ਮੇਰਾ ਰੋਜ਼ ਵਾਹ ਪੈਂਦਾ। ਇਸ ਬੰਦਾ ਬਹੁਤ ਵਧੀਆ, ਕਦੀ ਕਿਸੇ ਨਾਲ ਮਾੜੀ ਚੰਗੀ ਗੱਲ ਹਰਕਤ ਨਹੀਂ ਕਰਦਾ, ਬੜੇ ਪਿਆਰ ਨਾਲ ਬੜੀ ਹਲੇਮੀ ਨਾਲ ਗੱਲ ਕਰਦਾ। ਅੱਜ ਜਦੋਂ ਇੱਥੇ ਪਹੁੰਚੇ ਆਪਾਂ ਤਾਂ ਇਹਨੇ ਉਹਨਾਂ ਨੂੰ ਰਿਕੁਐਸਟ ਕੀਤੀ ਕਿ ਮੇਰੀ ਬੱਸ ਲੰਘ ਲੈਣ ਦਿਓ, ਮੇਰਾ ਟਾਈਮ ਬੜਾ ਹੋ ਗਿਆ। ਇਹਨਾਂ ਨੇ ਗਾੜੀ ਪ੍ਰਾਈਵੇਟ ਗੱਡੀਆਂ ਵੀ ਕਢਾਈਆਂ ਨੇ, ਠੀਕ ਆ ਜੀ। ਜਦੋਂ ਇਹਨੇ ਰਿਕੁਐਸਟ ਕੀਤੀ, ਇੱਕ ਬੰਦੇ ਇਹਨੇ ਅੜਾ ਸਟੈਂਡ ਜਿਹਾ ਲੱਗਿਆ, ਇਹਨੇ ਥੋੜ੍ਹਾ ਜਿਹਾ ਪਿੱਛੇ ਕੀਤਾ, ਉੱਧਰੋਂ ਬੰਦਿਆਂ ਨੇ ਆਣ ਕੇ ਇਹਦੇ ਨਾਲ ਹੱਥੋਂ ਪਾਈ ਹੋਣਾ ਸ਼ੁਰੂ ਕਰਤਾ। ਇੱਕ ਕਾਲੀ ਟੀ ਸ਼ਰਟ ਵਾਲਾ ਮੁੰਡਾ ਸੀ ਜਿਹਨੇ ਇਹਦੇ ਸਿਰ ਦੇ ਵਿੱਚ ਕੜੇ ਮਾਰਨੇ ਸ਼ੁਰੂ ਕਰ ਦਿੱਤੇ, ਠੀਕ ਆ ਜੀ। ਇੱਕ ਹੋਰ ਬੰਦਾ ਸੀ ਜਿਹਨੇ ਇਹਦੇ 'ਤੇ ਰਾੜ 'ਤੇ ਰਾੜ ਕੇ ਪਤਾ ਨਹੀਂ ਕੋਈ ਬਾਂਸ ਦਾ ਕੀ ਸੀਗਾ ਉਹ ਮਾਰਨਾ ਸ਼ੁਰੂ। 10 ਬੰਦੇ ਇਸ ਇਕੱਲੇ ਬੰਦੇ ਨੂੰ ਪਾਏ। ਭਾਜੀ ਇਹ ਕਿੱਥੋਂ ਦੀ ਇਨਸਾਨੀਅਤ ਹੈ, ਮੈਨੂੰ ਇਸ ਚੀਜ਼ ਦਾ ਜਵਾਬ ਦਿਓ। ਉਹਨਾਂ ਦਾ ਕਹਿਣਾ ਵਾ ਕਿ ਇਹਨਾਂ ਵੱਲੋਂ ਪੱਗ ਲਾਈ ਗਈ ਹੈ। ਭਾਜੀ ਮੇਰੀ ਇੱਕ ਗੱਲ ਸੁਣੋ, ਜਦੋਂ 10 ਬੰਦੇ ਲੜਨਗੇ ਉਹਨੂੰ ਪੈਣਗੇ, ਹੁਣ ਕੀ ਪਤਾ ਲੱਗਦਾ ਕਿੰਨੇ ਲਾਤੀ, ਮੈਨੂੰ ਇਸ ਚੀਜ਼ ਦਾ ਜਵਾਬ ਦਿਓ। ਜਦੋਂ 10 ਬੰਦੇ ਇੱਕ ਜਣੇ ਨੂੰ ਮਾਰਨ ਡੇ, ਉਹ ਵਿਚਾਰਾ ਇੱਦਾਂ ਬੈਠਾ, ਉਹਦੇ ਲੱਕ 'ਚ ਸਿਰ 'ਚ ਮਾਰਨ ਡੇ ਆ, ਉਹ ਕੀ ਕਰੂਗਾ ਦੱਸੋ ਮੈਨੂੰ। ਭਾਜੀ ਜਾਣ ਬੁੱਝ ਕੇ ਕਿਹਦੀ ਇੰਟੈਂਸ਼ਨ ਹੁੰਦੀ ਹੈ ਜਾਣ ਬੁੱਝ ਕੇ ਕਿਸੇ ਦੀ ਇੱਕ ਬੰਦਾ ਪੱਗ ਲਾਵੇ, ਉਹ ਵੀ ਗੁਰਲਾਲ ਸਿੰਘ ਆ ਮੁੰਡਾ, ਉਹ ਕਿਸੇ ਦੀ ਪੱਗ ਕਿਉਂ ਲਾਊਗਾ, ਮੈਨੂੰ ਸਮਝਾਓ। ਮੈਂ ਰੋਜ਼ ਉਸ ਬੰਦੇ ਨਾਲ ਵਿਚਰਦਾ ਬੱਸ 'ਚ ਆਉਂਦਾ ਆ, ਬੜੇ ਪਿਆਰ ਨਾਲ ਬੜੀ ਹਲੀਮੀ ਨਾਲ ਗੱਲ ਕਰਦਾ ਉਹ ਬੰਦਾ। ਇਹ ਸਾਰੀ ਗਲਤੀ ਇਹਨਾਂ ਦੀ ਹੈ ਭਾਜੀ, ਇਹ ਬਦਮਾਸ਼ੀ ਕਰਨ ਉੱਧਰੋਂ 10 ਜਾਣੇ ਆਏ। ਜੇ ਗੱਲ ਸੀ ਨਾ, ਮੇਰੀ ਗੱਲ ਸੁਣੋ, ਅਗਰ ਮੰਨ ਲਓ ਮੈਂ ਮੰਨਦਾ, ਇੱਕ ਗੱਲ ਸੁਣੋ ਮੇਰੀ, ਜੇ ਉਹਨੇ ਪੱਗ ਲਾਈ ਸੀ ਨਾ, ਤਾਂ ਜਿਹੜਾ ਇਹਨਾਂ ਦਾ ਇੰਚਾਰਜ ਇੱਕ ਫੌਜੀ ਉਹ ਗੱਲ ਕਰਦਾ, ਕੜੇ ਮਾਰਨ ਦਾ ਕੀ ਮਤਲਬ ਇਹਨਾਂ ਦਾ, ਇਹ ਬਦਮਾਸ਼ ਪੈਦਾ ਹੋਏ ਇੱਥੇ। ਇਸ ਜਾਣ ਕੇ ਹੀ ਸਾਰੇ ਜਣੇ ਨਾ ਇੱਥੇ ਬਦਮਾਸ਼ੀ, ਕੋਈ ਵੀ ਗੱਡੀ ਆਵੇ ਇਹਨਾਂ ਦਾ ਇਹੀ ਹਾਲ ਹੁੰਦਾ। ਭਾਜੀ ਮੈਂ ਰੋਜ਼ ਸਵਾਰੀ ਆ, ਮੈਂ ਰੋਜ਼ ਦੇਖਦਾ ਇਹਨਾਂ ਦਾ ਹਾਲ। ਜੇ ਕੋਈ ਗੱਲ ਹੋਈ ਵੀ ਸੀ ਕਾਨੂੰਨ ਨੂੰ, ਭਾਜੀ ਬਿਲਕੁਲ ਮੰਨਣਾ ਚਾਹੀਦਾ, ਇਹ ਕਾਨੂੰਨ ਨੇ ਰੱਖਿਆ, ਇਹ ਉਹਨਾਂ ਨੇ ਰੱਖਿਆ ਨਾ ਭਾਜੀ। ਇਹਨਾਂ ਨੂੰ ਕਾਨੂੰਨ ਦੀ ਲੰਘਣਾ ਨਹੀਂ ਕਰਨੀ ਚਾਹੀਦੀ, ਸਿੱਧੀ ਗੱਲ ਹੈ। ਇਹ ਆਪਣੀ ਬਦਮਾਸ਼ੀ ਕਰਦੇ ਫਿਰਦੇ ਆ। ਭਾਜੀ ਮੈਂ ਮੰਗ ਇਹੀ ਕਰਦਾ, ਇਨਸਾਫ ਹੋਣਾ ਚਾਹੀਦਾ ਬੰਦਿਆਂ ਦੇ, ਸਿੱਧੀ ਗੱਲ। ਬੰਦਾ ਮੈਂ ਦੇਖੋ, ਮੈਂ ਸਵਾਰੀ ਹਾਂ, ਮੈਂ ਰੋਜ਼ ਕਪੂਰਥਲੇ ਜਾਂਦਾ, ਮੈਂ ਇਹਨਾਂ ਦੀ ਬੱਸ 'ਚ ਜਾਂਦਾ, ਠੀਕ ਆ। ਦੇਖੋ ਮੇਰੀ ਸ਼ਰਟ ਪਾਰੀ, ਆਹ ਦੇਖੋ ਮੇਰੇ, ਵੇਖੋ ਮੇਰਾ ਕੀ ਕਸੂਰ ਸੀ, ਵੀ ਸਿਰਫ ਇੰਨਾ ਸੀ ਮੈਂ ਉਹਨਾਂ ਨੂੰ ਛਡਾ ਰਿਹਾ ਸੀ।